महामारी कोरोना कोरोना के दौरान हर वर्ग के लोगों को मुश्किल का सामना करना पड़ा। लोगों के उद्योग बंद हो गए, कारोबार ठप्प हो गए, लेकिन पर इस महामारी के दौरान भी सब तो वध डिमांड है जी टैक्नीक की रही हैगी। टैक्नीक की डिमांड इन्नी ज़्यादा हैगी जिस तरह नाल सब तो जिहड़ा घरां दे विच जिस तरह नाल ऑनलाइन बच्चों दी एजुकेशन शुरू हुई या हो वर्क टू होम शुरू होया, सब तो जरूरी चीज़ा सीगियां मोबाइल लैपटॉप नैट का कनैक्शन, यह सब तो जरूरी चीज़ा बन गई सी घर काम करने लिए। तो इन्हां दी सेल भी बहुत हुई, डिमांड भी बहुत ज़्यादा सी, पर लेकिन इस टाइम भी जी डिमांड बहुत ज़्यादा हैगी, लेकिन कंपनियां कोल समान नहीं हैगा बेचण नूं, रेट भी वधे ने। असीं गल करांगे इसे उद्योग नाल जुड़े व्यापारी नाल, की कहना चाहुंदे की कहना चाहुंदे। करोना महामारी च सब तो ज़्यादा डिमांड जिहड़ी वधी है वह लैपटॉप्स की, प्रिंटर्स की, टैबलेट्स की और मोबाइल्स की। बिकॉज बच्चे बाहर जा नहीं सकते, पढ़ाई उन्हां दी सारी ऑनलाइन हो गई है, तो उस दे लई सिर्फ और सिर्फ एक ही माध्यम रह गया है, या तो घर दे विच लैपटॉप होवे या कंप्यूटर होवे या टैबलेट होवे या मोबाइल होवे। लोगों ने मोबाइल थोड़े जे अवॉयड इस करके कीते हैगे क्योंकि छोटी स्क्रीन करके अखां दे उत्ते स्ट्रेन पैंदा। सो डिमांड बहुत ज़्यादा वधी है, डिमांड वधदे वधदे प्राइजेस बहुत ज़्यादा वध गए हैगे, 10 तो लैके 15% सारियां चीज़ां महंगीआं हो गईआं। हुण जिवें बहुत ज़्यादा नेसेसिटी रही है वैबकैम्स की या हैडफोन्स की, टोटली आउट ऑफ स्टॉक, नॉट एक भी यूनिट नहीं बचिया। डिमांड बहुत ज़्यादा होने दे नाल इंपोर्ट्स घट है, सप्लाई घट है, तो लोगों नूं चीज़ां नहीं मिल रही है। और दूजी चीज़ इंटरनेट दा विच काफ़ी अच्छी डिमांड इंटरनेट की रही है, अगेन पढ़ाई उन्होंने वो उत्ते ही करनी है, वर्क फ्रॉम होम सारी ये उत्ते होने शुरू हो गए, सारी कंपनीज चाहदियां हैं कि हाँ साढ़े इंपलॉइज दफ्तर ना आन ते घर ही रहन और घरों ही काम करन जिन्ना पॉसिबल हो सकता है। सो मेरे ख्याल ना टेक्नोलॉजी ने काफ़ी हद तक साथ दिता है करोना नूं लड़न दा और काम नूं स्ट्रीमलाइन करन दे। ਵੱਡੀ ਗੱਲ ਹੈ ਜਿਸ ਤਰ੍ਹਾਂ ਨਾਲ ਇਹਨਾਂ ਦੀ ਡਿਮਾਂਡ ਇੰਨੀ ਜ਼ਿਆਦਾ ਸੀ, ਕਿਉਂ ਸਪਲਾਈ ਦੀ ਚੇਨ ਉਸੇ ਤਰ੍ਹਾਂ ਸੀ ਜਾਂ ਜਿਵੇਂ ਇਹ ਜਿਹੜਾ ਇੰਪੋਰਟ ਕੁਛ ਇੰਪੋਰਟ ਹੁੰਦਾ ਸੀ ਮਾਲ ਉਹ ਘਟਿਆ ਹੁਣ ਆ ਨਹੀਂ ਰਿਹਾ, ਉਹਦੀ ਵੀ ਦਿੱਕਤ ਦਾ ਸਾਹਮਣਾ ਕਰਨਾ ਪੈਣਾ। ਦੇਖੋ ਇੰਪੋਰਟ ਤਾਂ ਬਹੁਤ ਹੱਦ ਤੱਕ ਇਨਫੈਕਟ ਇੰਪੈਕਟ ਹੋਇਆ ਹੈਗਾ, ਮਾਲ ਆ ਨਹੀਂ ਰਿਹਾ, ਜਿਹੜੇ ਲੈਪਟੋਪਸ ਹੈ ਉਹ ਆ ਨਹੀਂ ਰਹੇ, ਮੋਬਾਈਲਸ ਹੈਗੇ ਉਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਵਧੀ ਹੈ, ਬਟ ਅਗੇਨ ਕਿ ਸਪਲਾਈ ਬਹੁਤ ਜ਼ਿਆਦਾ ਹੈਂਪਰ ਹੋਈ ਆ ਔਰ ਉਹਨੇ ਸਾਡਾ ਕੰਮ ਕਾਫ਼ੀ ਹੈਂਪਰ ਕੀਤਾ ਕਿ ਅਗਰ ਇਹੀ ਡਿਮਾਂਡ ਦੇ ਹਿਸਾਬ ਨਾਲ ਸਪਲਾਈ ਹੁੰਦੀ ਮੇਰੇ ਖਿਆਲ ਨਾਲ 25% ਵੀ ਸਪਲਾਈ ਨਹੀਂ ਹੈ ਜਿੰਨੀ ਕੁ ਹੋਣੀ ਚਾਹੀਦੀ ਹੈਗੀ ਹੈ। ਅਤੇ ਹੁਣ ਜਿਹੜਾ ਹੈਗਾ ਜਿਹੜਾ ਲੋਕਲ ਦਾ ਵੀ ਕੋਈ ਟ੍ਰੈਂਡ ਵੱਧ ਰਿਹਾ ਹੈਗਾ, ਲੋਕਲ ਕੰਪਨੀਆਂ ਲੈਪਟੋਪ ਜਾਂ ਮੋਬਾਈਲ ਚਾਹ ਰਹੀਆਂ ਹੁਣ ਉਹਨਾਂ ਦੀ ਡਿਮਾਂਡ ਵਧੇ ਜਾਂ ਹਾਲੇ ਟਾਈਮ ਲੱਗੂਗਾ ਅਤੇ ਬਿਜ਼ਨਸ ਕਾਰੋਬਾਰ 'ਤੇ ਕਿੰਨਾ ਕੁ ਅਸਰ ਪੈ? ਨਹੀਂ ਦੇਖੋ ਸਰਕਾਰ ਨੇ ਇੱਕ ਸਭ ਤੋਂ ਵਧੀਆ ਕੰਮ ਪਿਛਲੇ 3-4-5 ਸਾਲਾਂ 'ਚ ਆ ਕੀਤਾ ਕਿ ਟੈਕਨੋਲੋਜੀ ਕੰਪਨੀਜ਼ ਨੂੰ ਇੱਕ ਬੜੀ ਅੱਛੀ ਸਪੇਸ ਦਿੱਤੀ ਹੈ। ਜਿੱਦਾਂ ਐਪਲ ਨੇ ਆਪਣੀ ਫੈਕਟਰੀ ਇੰਡੀਆ ਦੇ ਵਿੱਚ ਲਗਾ ਲਈ ਹੈ, ਸੈਮਸੰਗ ਨੇ ਆਪਣਾ ਵਰਲਡ ਦਾ ਸਭ ਤੋਂ ਵੱਡਾ ਪਲਾਂਟ ਲਗਾਇਆ, ਵਨਪਲੱਸ ਨੇ ਆਪਣਾ ਪਲਾਂਟ ਲਗਾ ਲਿਆ। ਸੋ ਸਰਕਾਰ ਔਰ ਕੰਪਨੀਜ਼ ਦੀ ਤਾਲਮੇਲ ਬਹੁਤ ਅੱਛੀ ਹੈ ਜਿਹਦੇ ਕਰਕੇ ਇਹ ਗੈਪ ਥੋੜ੍ਹਾ ਜਿਹਾ ਘੱਟ ਰਿਹਾ, ਬਟ ਐਂਡ ਆਫ ਦਾ ਡੇ ਜਿਹੜੀ ਕੰਪਨੀਜ਼ ਇੱਥੇ ਲੱਗੀਆਂ ਉਹਨਾਂ ਦਾ ਰੋਅ ਮਟੀਰੀਅਲ ਬਾਹਰੋਂ ਆਉਂਦਾ ਉਹ ਹੈਂਪਰ ਕਰ ਗਿਆ ਸਾਨੂੰ, ਕੰਪਨੀਜ਼ ਬਣਾ ਨਹੀਂ ਸਕ ਰਹੀਆਂ, ਰੀਜ਼ਨ ਬਿੰਗ ਇੰਪੋਰਟ ਦੇ ਉੱਤੇ ਬਹੁਤ ਜ਼ਿਆਦਾ ਇੰਪੈਕਟ ਹੈ। ਅਤੇ ਹੁਣ ਇਹਦੀ ਕਮੀ ਕਦ ਤੱਕ ਸਮੱਸਿਆ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਸਕਦਾ, ਜਿਸ ਤਰ੍ਹਾਂ ਨਾਲ ਕਈ ਸਮਾਨ ਜਿਵੇਂ ਤੁਸੀਂ ਕਹਿੰਦੇ ਹੋ ਟੈਕਨੀਕ ਪਾਰਟਸ ਨੇ ਨਹੀਂ ਆ ਰਹੇ ਹੈਗੇ, ਕੀ ਇਹਦੇ ਲਈ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਨਵੀਆਂ ਜੇ ਫੈਕਟਰੀਆਂ ਇੱਥੇ ਲੱਗਦੀਆਂ ਨੇ ਡਿਮਾਂਡ ਫਿਰ ਕੁਛ ਥੋੜ੍ਹਾ ਇਹਦਾ 'ਚ ਜਿਹੜਾ ਗੈਪ ਹੈਗਾ ਉਹ ਘੱਟ ਸਕਦਾ? ਦੇਖੋ ਸਰਕਾਰ ਦਾ ਮਿਸ਼ਨ ਜਿਹੜਾ ਹੈ ਮੇਡ ਇਨ ਇੰਡੀਆ, ਉਹਦੇ ਤਹਿਤ ਇਹ ਸਾਰੀਆਂ ਚੀਜ਼ਾਂ ਇੱਥੇ ਆਉਣਗੀਆਂ। ਇਹ ਸਾਲ ਲੱਗੇ, 2 ਸਾਲ ਲੱਗੇ, ਬਟ ਐਂਡ ਆਫ ਦਾ ਡੇ ਇਹਨਾਂ ਨੇ ਇੱਕ ਈਕੋਸਿਸਟਮ ਤਿਆਰ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ ਕਿ ਕੰਪਨੀਜ਼ ਜਿਹੜੀਆਂ ਵੱਡੀਆਂ ਇੱਥੇ ਆਈਆਂ ਉਹਨਾਂ ਦੀਆਂ ਅੱਗੇ ਪਾਰਟਸ ਦੀ ਸਪਲਾਈਜ਼, ਪਾਰਟਸ ਦੀ ਮੈਨੂਫੈਕਚਰਿੰਗ ਔਰ ਇੰਡੀਆ ਦੇ ਜਿਹੜੇ ਆਪਣੇ ਇੰਪਲੋਇਮੈਂਟ ਜਨਰੇਸ਼ਨ, ਇਹ ਸਾਰੀ ਪਲੈਨਿੰਗ ਹੋ ਚੁੱਕੀ ਹੋਈ ਹੈ। ਇਹ ਕਰੋਨਾ ਕਰਕੇ ਥੋੜ੍ਹਾ ਜਿਹਾ ਸਲੋ ਡਾਊਨ ਜ਼ਰੂਰ ਹੋਇਆ, ਬਟ ਡਾਊਨ ਦੀ ਲਾਈਨ ਮੈਨੂੰ ਲੱਗਦਾ ਕਿ ਹੋਰ 2 ਸਾਲਾਂ ਦੇ ਵਿੱਚ ਇਹ ਸਾਰਾ ਸਿਸਟਮ ਇੱਧਰ ਸੈੱਟ ਹੋਣਾ ਹੀ ਹੋਣਾ। ਜਿਹੜੇ ਕਰੋਨਾ 'ਚ ਹੋਰ ਕਾਰੋਬਾਰ ਬਿਲਕੁਲ ਬੰਦ ਹੋ ਗਏ, ਲੇਕਿਨ ਜਿਹੜਾ ਟੈਕਨੀਕ ਦਾ ਸੀ ਮੋਬਾਈਲ ਲੈਪਟੋਪ ਦਾ ਕਾਫੀ ਵਧੀਆ ਕੰਮ ਰਿਹਾ ਇਹਦੇ ਵੱਲ? ਹਾਂਜੀ, ਇਹ ਕਰੋਨਾ ਦੇ ਵਿੱਚ ਸਪਲਾਈ ਜਿੱਦਾਂ ਗਡਾਊਨਸ ਤੋਂ ਸਪਲਾਈ ਹੋਈ ਹੈ ਜਾਂ ਲੋਕਾਂ ਨੇ ਘਰੋਂ ਘਰਾਂ ਜਾ ਕੇ ਸਪਲਾਈਜ਼ ਲਿੱਤੀਆਂ ਹੈਗੀਆਂ, ਅਤੇ ਬਹੁਤ ਹੱਦ ਤੱਕ ਮਾਲ ਖਤਮ ਹੋ ਗਿਆ ਹੈ। ਸਾਰੇ ਜਿੰਨੇ IT ਦੇ ਵੈਂਡਰਸ ਹੈ, ਮੈਨੂੰ ਨਹੀਂ ਲੱਗਦਾ ਕਿਸੇ ਕੋਲ ਹੁਣ ਕੋਈ ਵੀ ਮਟੀਰੀਅਲ ਬਚਿਆ ਪਿਆ ਹੋਊਗਾ, ਈਵਨ ਨਵੇਂ ਪੁਰਾਣੇ ਮਾਡਲ ਸਾਰੇ ਵਿਕ ਗਏ ਹੈਗੇ। ਸੋ ਜਦ ਤੱਕ ਸਪਲਾਈ ਸਟ੍ਰੀਮਲਾਈਨ ਨਹੀਂ ਹੁੰਦੀ ਇਹ ਹਾਲਤ ਆ ਹੀ ਰਹੇਗਾ ਹੈਗਾ।
हाँ बिल्कुल, जिथे जैसे कोरोना करके कई व्यापार बंद हो गए, लेकिन जो है मोबाइल लैपटॉप आईटी का बिजनेस सीगा काफ़ी ज़्यादा इस बिजनेस के डिमांड सी, लोगों काफ़ी डिमांड रही है, जिस करके कारोबार बहुत चले ने, खूब चले ने, लेकिन पर इस टाइम जो है पिछों सप्लाई ना होने करके थोड़ी दिक्कत का सामना करना पै रहा, लेकिन इस आईटी की टेक्निक करके लोगों काफ़ी हद तक फायदा होया, जिस नाल कोरोना तो भी बचाव होगा, कोरोना लड़न से सब तो वड्डी जिहड़ी मदद हुई है। लुधियाणा तो कैमरा पर्सन रोहित दे नाल महामारी कोरोना कोरोना के दौरान हर वर्ग के लोगों को मुश्किल का सामना करना पड़ा, लोगों के उद्योग बंद हो गए, कारोबार ठप्प हो गया, लेकिन पर इस महामारी के दौरान भी सब तो वध डिमांड है जी टेक्निक की रही हैगी, टेक्निक की डिमांड इन्नी ज़्यादा हैगी जिस तरह नाल सब तो जिहड़ा घरां दे विच जिस तरह नाल ऑनलाइन बच्चों दी एजुकेशन शुरू हुई या होम वर्क टू होम शुरू होया, सब तो जरूरी चीज़ा सीगियां मोबाइल लैपटॉप नैट का कनैक्शन, ये सब तो जरूरी चीज़ा बन गई सी घर दे विच कम करन लई, ते इन्हां दी सेल भी बहुत हुई।